ਇਹ ਤਸਵੀਰ ਜਗਰਾਉਂ ਦੇ ਪਿੰਡ ਸੋਟੀਵਾਲ 'ਚ ਰਹਿਣ ਵਾਲੀ ਮਨਪ੍ਰੀਤ ਕੌਰ ਦੀ ਹੈ ਜਿਸਨੇ ਆਪਣੇ ਭਰਾ ਦੇ ਕੋਮਾ ਵਿੱਚ ਜਾਣ ਤੋਂ ਬਾਅਦ ਵਿਆਹ ਕਰਵਾਉਣ ਦੀ ਇੱਛਾ ਸ਼ਾਇਦ ਛੱਡ ਦਿੱਤੀ ਸੀ ਪਰ ਜਿਵੇਂ ਹੀ ਮਨਪ੍ਰੀਤ ਕੌਰ ਦਾ ਬਾਪ 2 ਸਾਲ ਪਹਿਲਾਂ ਦੁਨੀਆ ਛੱਡ ਕੇ ਚਲਾ ਗਿਆ ਤਾਂ ਪਰਿਵਾਰ ਦੀ ਜਿਵੇਂ ਜ਼ਿੰਦਗੀ ਹੀ ਉੱਜੜ ਗਈ ਹੋਵੇ ਇਸ ਪਰਿਵਾਰ ਦੀ ਦਰਦ ਭਰੀ ਘਟਨਾ ਸੁਣ ਤੁਹਾਡੀਆਂ ਵੀ ਅੱਖਾਂ ਦੇ ਵਿੱਚੋਂ ਅੱਥਰੂ ਆ ਜਾਣਗੇ ਕਿ ਰੱਬ ਭਲਾ ਇੰਨਾ ਕਹਿਰਵਾਨ ਇਸ ਪਰਿਵਾਰ 'ਤੇ ਕਿਵੇਂ ਹੋ ਸਕਦਾ ਹੈ ਦਰਅਸਲ ਪਿਛਲੇ 2 ਸਾਲਾਂ ਤੋਂ ਮਨਪ੍ਰੀਤ ਕੌਰ ਅਤੇ ਉਸਦੀ ਮਾਂ ਬੜੀ ਮੁਸ਼ਕਿਲ ਦੇ ਨਾਲ ਆਪਣਾ ਘਰ ਦਾ ਗੁਜ਼ਾਰਾ ਕਰ ਰਹੀਆਂ ਸਨ ਜਸਵੀਰ ਆਪਣੇ ਕੋਮਾ 'ਚ ਗਏ ਪੁੱਤ ਅਤੇ ਮਨਪ੍ਰੀਤ ਆਪਣੇ ਭਰਾ ਦੀ ਦੇਖਭਾਲ ਅਤੇ ਇਲਾਜ ਵੀ ਕਰਵਾ ਰਹੀਆਂ ਸਨ ਪਰ ਬੀਤੇ ਦਿਨ ਇਸ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ 3 ਦਿਨਾਂ ਦੇ ਵਿੱਚ ਲਗਾਤਾਰ ਪਹਿਲਾਂ ਮਾਂ ਫਿਰ ਭਰਾ ਗੁਰਪ੍ਰੀਤ ਅਤੇ ਬਾਅਦ ਵਿੱਚ ਮਨਪ੍ਰੀਤ ਕੌਰ ਇਸ ਦੁਨੀਆ ਨੂੰ ਛੱਡ ਗਏ ਦੱਸਿਆ ਜਾ ਰਿਹਾ ਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਅੱਕੀ ਮਨਪ੍ਰੀਤ ਕੌਰ ਨੇ ਆਟੇ ਵਿੱਚ ਜ਼ਹਿਰੀਲੀ ਚੀਜ਼ ਪਾ ਕੇ ਪਹਿਲਾਂ ਸਾਰੇ ਪਰਿਵਾਰ ਨੂੰ ਰੋਟੀ ਖਵਾਈ ਫਿਰ ਖੁਦ ਵੀ ਜ਼ਹਿਰੀਲੀ ਰੋਟੀ ਖਾ ਕੇ ਮੌਤ ਨੂੰ ਗੱਲ ਲਾ ਲਿਆ ਸੁਣੋ ਇਸ ਪੂਰੇ ਮਾਮਲੇ ਬਾਰੇ ਪਿੰਡ ਵਾਲਿਆਂ ਤੇ ਪਿੰਡ ਦੇ ਸਰਪੰਚ ਦਾ ਕੀ ਕਹਿਣਾ ਹੈ ਇਹ ਤੁਸੀਂ ਇੱਥੇ ਦੇ ਸੋਢੀਵਾਲ ਦੇ ਵਾਸੀ ਹੋ ਹਾਂਜੀ 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 ਇਹ ਜਿਹੜਾ ਲੜਕੀ ਦਾ ਮਾਜਰਾ 3 ਦਿਨ ਤੋਂ ਗੱਲ ਚੱਲ ਰਹੀ ਹੈ ਵੀ ਇੱਕ ਲੜਕੀ ਨੇ ਆਪਣੇ ਘਰਦਿਆਂ ਨੂੰ ਜ਼ਹਿਰ ਦੇ ਕੇ ਮਾਰਤਾ ਹਾਂਜੀ ਇਹ ਕੀ ਮਾਜਰਾ ਕੀ ਸੱਚਾਈ ਹੈ ਇਹਦੇ ਵਿੱਚ ਸੱਚਾਈ ਤਾਂ ਜੀ ਇਹੀ ਆ ਵੀ ਟੈਨਸ਼ਨ ਨਹੀਂ ਰਹੇਗੀ ਕੁੜੀ ਜੀ ਹਾਂਜੀ ਬਈ ਟੈਨਸ਼ਨ ਆ ਜਾਂਦੀ ਹੈ ਜੀ ਵੀ ਦੋ ਮਾਂ ਵੀ ਡਿੱਗ ਪਈ ਭਰਾ ਮੇਰਾ 6-7 ਸਾਲ ਹੋ ਗਏ ਡਿੱਗੇ ਨੂੰ ਮੰਜੇ 'ਤੇ ਮੈਂ ਕੀ ਕਰੂੰ ਵੀ ਇਹ ਜਾਣਾ ਹੀ ਠੀਕ ਕਿੰਨੇ ਸਾਲ ਦੀ ਉਮਰ ਸੀ ਕੁੜੀ ਦੀ ਜੀ ਕੁੜੀ ਦੀ ਵਿਆਹਣ ਵਾਲੀ ਸੀ ਵਿਆਹਣ ਵਾਲੀ ਸੀ ਹਾਂਜੀ ਅਤੇ ਪਰਿਵਾਰਿਕ ਮੈਂਬਰ ਕਿੰਨੇ ਸੀ ਘਰ 'ਚ ਉਹਨਾਂ ਦੇ ਜੀ ਇਹ ਸੀਗੇ ਜੀ ਛੋਟਾ ਪਿਓ ਵੀ ਮਰ ਗਿਆ ਇੱਕ ਭੈਣ ਜਿਉਂਦੀ ਆ 3 ਮਰ ਗਏ ਲੜਕੀ ਨੇ ਜ਼ਹਿਰ ਦੇ ਕੇ ਮਾਰਤਾ ਮਾਂ ਨੂੰ ਆਪਣੇ ਤੇ ਘਰਦਿਆਂ ਨੂੰ ਕੀ ਸੱਚਾਈ ਕੀ ਹੈ ਖਬਰ ਦੇ ਵਿੱਚ ਜੀ ਦੇਖੋ ਜੀ ਇਸ ਤਰ੍ਹਾਂ ਇਹਨਾਂ ਦਾ ਇੱਕ ਲੜਕਾ ਸੀ ਵੱਡਾ ਉਹ 7 ਸਾਲ ਤੋਂ ਕੋਮਾ ਦੇ ਵਿੱਚ ਸੀ ਜੀ ਹਾਂਜੀ ਉਸ ਤੋਂ ਬਾਅਦ ਉਹਦਾ ਮਤਲਬ ਘਰ ਦੀ ਹਾਲਤ ਤਾਂ ਥੋੜ੍ਹੀ ਮਾੜੀ ਸੀਗੀ ਰਿਸ਼ਤੇਦਾਰਾਂ ਮਿੱਤਰਾਂ ਨੇ ਉਹਦਾ ਇਲਾਜ ਕਰਾਇਆ ਦਿਆਨੰਦ 20 ਲੱਖ ਰੁਪਈਆ ਉਹਨਾਂ ਨੇ ਲਾਇਆ ਜੀ ਹਾਂਜੀ ਅਤੇ ਫਿਰ ਵੀ ਜਾਣੀ ਉਹ ਠੀਕ ਨਹੀਂ ਹੋਇਆ 7 ਸਾਲ ਪਹਿਲਾਂ ਦੀ ਗੱਲ ਹੈ 7 ਸਾਲ ਦਾ ਇਹ ਕੰਮਾਂ ਦੇ ਵਿੱਚ ਹੀ ਸੀਗਾ ਅਤੇ ਹੁਣ ਇਸ ਤਰ੍ਹਾਂ ਬਈ ਘਰ ਦੀ ਵੀ ਹਾਲਤ ਬਹੁਤ ਖਰਾਬ ਸੀ ਕੋਈ ਆਮਦਨ ਦਾ ਸਾਧਨ ਵੀ ਹੈ ਨਹੀਂ ਸੀਗਾ ਅਤੇ ਪਰਿਵਾਰ ਹੀ ਇਹਨਾਂ ਡਿਪਰੈਸ਼ਨ 'ਚ ਹੀ ਚਲਿਆ ਗਿਆ ਪਰਿਵਾਰ ਬਹੁਤ ਹੀ ਸੌ ਪਰਿਵਾਰ ਸੀ ਮੁੰਡਾ ਜਿਹੜਾ ਇਹ ਪਹਿਲਾਂ ਬਿਮਾਰ ਸੀਗਾ ਇਹ ਬੜਾ ਹੀ ਹੋਣਹਾਰ ਸੀਗਾ ਆਪਦਾ ਮਤਲਬ ਛੋਟੇ ਲੈਵਲ ਤੋਂ ਉੱਠ ਕੇ ਬੜੀ ਇਹਨੇ ਕਮਾਈ ਕੀਤੀ ਜਿਹੜਾ ਮੁੰਡਾ ਬਿਮਾਰ ਸੀ ਕਿੰਨੀ ਉਮਰ ਸੀ ਮੁੰਡੇ ਦੀ ਜੀ ਉਹਦੀ ਜੀ ਤਕਰੀਬਨ 38 ਸਾਲ ਦੀ ਉਮਰ ਸੀ ਅੱਛਾ ਇੰਨੀ ਹੈਗੀ ਸੀ ਉਮਰ ਠੀਕ ਹੈ ਉਹਨਾਂ 7 ਸਾਲ ਤਾਂ ਉਹ ਬਿਮਾਰ ਨਹੀਂ ਹੋ ਗਏ ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮ ਵੀ ਖਾਸੇ ਸਦਮੇ ਵਿੱਚ ਨਜ਼ਰ ਆ ਰਹੇ ਹਨ 13 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਵੀ ਮਨਪ੍ਰੀਤ ਕੌਰ ਜਾਣੀ ਕਿ ਕੋਈ ਜ਼ਰੂਰੀ ਚੀਜ਼ ਖਾ ਕਰ ਉੱਥੇ ਕਲਿਆਣੀ ਹਸਪਤਾਲ ਦਾਖਲ ਹੈ ਜੀ ਵੀ ਕਾਰਵਾਈ ਕਰੋ ਜੀ ਅਸੀਂ ਜਦੋਂ ਡਾਕਟਰ ਸਾਹਿਬ ਕੋਲ ਗਏ ਉਹਨਾਂ ਨੇ ਸਾਨੂੰ ਅਨਪੜ੍ਹ ਦਿੱਤਾ ਫਿਰ ਜਦੋਂ ਅਸੀਂ 13 ਤਰੀਕ ਨੂੰ ਗਏ ਜੀ ਉੱਥੇ ਅਤੇ ਜਸਵੀਰ ਕੌਰ ਦੀ ਮੌਤ ਹੋ ਗਈ ਸੀ ਅਤੇ ਸਾਨੂੰ ਮੈਸੇਜ ਆਇਆ ਕਿ ਜਸਵੀਰ ਕੌਰ ਦੀ ਉਮਰ 65 ਸਾਲ ਆ ਵੀ ਉਹਦੀ ਮੌਤ ਹੋ ਗਈ ਆ ਅਸੀਂ ਡਾਕਟਰ ਸਾਹਿਬ ਕੋਲ ਫਿਰ ਰਹਿ ਹਾਂ ਸਰ ਕਿ ਪਿੰਡ ਦੀ ਪੰਚਾਇਤ ਗਏ ਸਰਪੰਚ ਸਾਹਿਬ ਗਏ ਜਦੋਂ ਅਸੀਂ ਗਏ ਉੱਥੇ ਅਤੇ ਡਾਕਟਰ ਸਾਹਿਬ ਨੂੰ ਉਹਨਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਉਹ ਕਹਿੰਦੇ ਕੋਈ ਜ਼ਹਿਰੀਲੀ ਚੀਜ਼ ਖਾਧੀ ਆ ਚਲੋ ਜੀ ਅਸੀਂ 176 ਦੀ ਕਾਰਵਾਈ ਹੋਰ ਵਿੱਚ ਲਿਆਂਦੀ ਜੀ ਠੀਕ ਹੈ ਲਾਸ ਵਾਰ ਸਾਂਭ ਦਿੱਤੀ ਅਤੇ ਦੂਜੇ ਦਿਨ ਅਸੀਂ ਜਦੋਂ ਫਿਰ ਸਰਪੰਚ ਨੂੰ ਫੋਨ ਕੀਤਾ ਅਤੇ ਜਿਹੜਾ ਉਹਨਾਂ ਦਾ ਮੁੰਡਾ ਸੀ ਗੁਰਪ੍ਰੀਤ ਸਿੰਘ ਜੀ ਕਹਿੰਦੇ 14 ਤਰੀਕ ਨੂੰ ਉਹਦੀ ਵੀ ਡੈਥ ਹੋ ਗਈ ਜੀ ਬੜੀ ਸਾਨੂੰ ਅਫਸੋਸ ਦੀ ਗੱਲ ਹੋਈ ਵਾਹਿਗੁਰੂ ਦਾ ਬੜਾ ਕਹਿਰ ਹੋ ਗਿਆ ਜੀ ਉਸ ਤੋਂ ਬਾਅਦ ਅਸੀਂ ਵਿਸਾਖੀ ਹੋਣ ਕਰਕੇ ਆਪਣੀ ਡਿਊਟੀ ਦੇ ਕਾਰ ਸਰਕਾਰ ਦੇ ਸੰਬੰਧ ਵਿੱਚ ਫਿਰ ਸੀ ਅਤੇ 16 ਤਰੀਕ ਸਵੇਰੇ ਸਾਨੂੰ ਫਿਰ ਫੋਨ ਆਇਆ ਕਿ ਮਨਪ੍ਰੀਤ ਕੌਰ
ਡਾਕਟਰ ਗੁਰਨਾਚਰ ਸਿੰਘ ਵਾਸੀ ਸੋਢੀਵਾਲ ਜਿਹੜੀ ਕਰਿਆਨੀ ਹੋਸਪਿਟਲ ਦਾਖਲ ਸੀ ਉਹਦੀ ਵੀ ਡੈਥ ਹੋ ਗਈ ਜੀ। ਅਸੀਂ ਫਿਰ ਮੈਂ ਪਿੰਡ ਦੇ ਸਰਪੰਚ ਸਾਹਿਬ ਤਣੂਰ ਕੌਰ ਬੰਦਿਆਂ ਨੂੰ ਲੈ ਕੇ ਜਦੋਂ ਕਲਿਆਣੀ ਹੋਸਪਿਟਲ ਪੁੱਜੇ ਤਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਵੀ ਇਹਦਾ ਵੀ ਜਿਹੜਾ ਜ਼ਹਿਰੀਲੀ ਚੀਜ਼ ਕਾਰਨ ਮੌਤ ਹੋਈ ਆ ਵੀ ਬਹੁਤ ਇਹ 27-28 ਸਾਲ ਦੀ ਇਹਦੀ ਉਮਰ ਸੀਗੀ ਬਹੁਤ ਮਾੜੀ ਗੱਲ ਹੋਈ ਵੀ 10 ਕੁ ਵਜੇ ਇਹਦੀ ਡੈਥ ਹੋ ਗਈ। ਇਹਦੀ ਵੀ ਅਸੀਂ 8-74 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਆ। ਇਹਨੇ ਸਾਨੂੰ ਇੱਕ ਆਪਣਾ ਬਿਆਨ ਵੀ ਜਦੋਂ ਦਰਜ ਕਰਾਇਆ ਸੀ ਕਿ ਮੈਂ ਆਟਾ ਗੁੰਨਦੀ ਨੇ ਜਦੋਂ ਰੋਟੀ ਪਕਾਈ ਤੇ ਮੇਰਾ ਮਨ ਹੋਰ ਤਰ੍ਹਾਂ ਦਾ ਇਹ ਚੀਜ਼ ਰੋਟੀ ਖਾਧੀ ਮੈਨੂੰ ਨਹੀਂ ਪਤਾ ਲੱਗਾ ਵੀ ਕਿਹੜੀ ਚੀਜ਼ ਮੇਰਾ ਮਨ ਚੱਕਰ ਆ ਗਿਆ ਤੇ ਮੈਨੂੰ ਕਿਤੇ। ਸਾਂਝ ਟੀਵੀ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ ਬਾਬਾ ਖਾਨ ਜੀ ਕਰਨਗੇ ਤੁਹਾਡੀ ਵੱਡੀ ਤੋਂ ਵੱਡੀ ਸਮੱਸਿਆ ਦਾ 24 ਘੰਟਿਆਂ 'ਚ ਸਮਾਧਾਨ। ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰ ਸੱਟਾ ਨੰਬਰ ਲਵ ਮੈਰਿਜ ਸੌਂਕਣ ਦੁਸ਼ਮਣ ਤੋਂ ਛੁਟਕਾਰਾ ਪਤੀ ਪਤਨੀ ਵਿੱਚ ਅਣਬਣ ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ ਵਸ਼ੀਕਰ ਪ੍ਰੇਮ ਵਿਆਹ ਜਾਂ ਫਿਰ ਰੁੱਸੇ ਨੂੰ ਮਨਾਉਣਾ ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ 'ਚ ਆ ਰਹੀਆਂ ਪਰੇਸ਼ਾਨੀਆਂ ਜਾਂ ਘਰੇਲੂ ਝਗੜੇ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਬਾਬਾ ਖਾਨ ਜੀ ਕਹਿੰਦੇ ਨਹੀਂ ਕਰਕੇ ਵਿਖਾਉਂਦੇ ਹਨ। ਚਮਤਕਾਰ ਹੁੰਦੇ ਆਪਣੀਆਂ ਅੱਖਾਂ ਸਾਹਮਣੇ ਵੇਖੋ। ਇੱਕ ਫੋਨ ਕਾਲ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ, ਤਾਂ ਫਿਰ ਦੇਰ ਕਿਉਂ। ਹੁਣੇ ਕਾਲ ਕਰੋ 98784-30523।